रविंदर नाम का सिख नौजवान है जिहड़ा नारियल पानी वेच के घर का गुजारा करता है। ਕੋਈ ਵੀ ਇੰਨੀ ਪੜ੍ਹਿਆ ਲਿਖਿਆ ਮੁੰਡਾ ਹੋਵੇ ਉਹ ਐਦਾ ਕੀ ਕੰਮ ਪਹਿਲਾਂ ਬਹੁਤ ਹੀ ਸਕਾਲਰ ਹੋਊਗਾ ਜਿਹੜਾ ਬਹੁਤ ਸ਼ਾਰਪ ਦਿਮਾਗ ਆ ਠੀਕ ਹੈ ਉਹ ਕੰਮ ਸ਼ੁਰੂ ਕਰੂਗਾ ਜਾਂ ਬੰਦਾ ਮਜ਼ਬੂਰੀ ਨੂੰ ਕਰਦਾ ਕਿ ਹੁਣ ਮੈਂ ਮਜ਼ਬੂਰੀ 'ਚ ਕੀਤਾ ਸੀਗਾ ਉਹ ਸਾਨੂੰ ਸਟੱਡੀ ਕਿਉਂ ਨਹੀਂ ਮਿਲਦੀ ਪੰਜਾਬੀ 'ਚ ਠੀਕ ਹੈ ਮੈਡੀਕਲ ਅਸੀਂ ਰੱਖਦਾ ਡਾਕਟਰ ਨਹੀਂ ਬਣਦੇ ਡਾਕਟਰ ਕਿਹੜਾ ਇੰਗਲਿਸ਼ ਨਾਲ ਟੀਕਾ ਬਹੁਤ ਵਧੀਆ ਲਾ ਦਿੰਦੇ ਆ ਡੋਰਾਂ ਨੇ ਮਾਰਿਆ ਹੋਇਆ ਮੁੰਡਿਆਂ ਨੂੰ ਠੀਕ ਹੈ ਸਾਡੇ ਕੋਲੇ ਬੁਲਟ ਹੋਣਾ ਚਾਹੀਦਾ ਗੱਡੀਆਂ ਹੋਣੀਆਂ ਚਾਹੀਦੀਆਂ ਕੰਮ ਕਿਹਨੇ ਕਰਨਾ ਇਹ ਬਿਜ਼ਨਸ ਵਾਲਾ ਮਾਈਂਡਸੈਟ ਐਂਟਰਪ੍ਰੀਨਰ ਵਾਲਾ ਮਾਈਂਡਸੈਟ ਹਜੇ ਹੈ ਨਹੀਂ ਗਾ ਬੱਚਿਆਂ ਦਾ ਹੈ ਨਾ ਨਾ ਬਿਜ਼ਨਸ ਵੀ ਕਰਨਾ ਵਾ ਉਹਦੇ ਲਈ ਤਾਂ ਜੀਰੋ ਤੋਂ ਸ਼ੁਰੂ ਕਰਨਾ ਪੈਣਾ ਜਾਂ ਜਿਹਨੇ ਜੀਰੋ ਤੋਂ ਸਟਾਰਟ ਕਰਨਾ ਉਹਨੂੰ ਤਾਂ ਫਿਰ ਸੜਕ 'ਤੇ ਬਹਿਣਾ ਹੀ ਪੈਣਾ ਵਾ ਬਿਲਕੁਲ ਜਦੋਂ ਫਿਰ ਬਹਿੰਦਾ ਬੰਦਾ ਧੁੱਪ ਵੀ ਪੈਂਦੀ ਹੈ ਛਾਂ ਵੀ ਆ ਮੀਂਹ ਵੀ ਆ ਹਨੇਰੀ ਵੀ ਆ ਸਭ ਕੁਝ ਦੇਖਣਾ ਪੈਂਦਾ ਤੇ ਇੱਕ ਵਾਰ ਤਾਂ ਦੁਖੀ ਹੁੰਦਾ ਬੰਦਾ ਫਿਰ ਜੇਬ ਭਰਦੀ ਆ ਫਿਰ ਸਾਰੇ ਦੁੱਖ ਦੂਰ ਹੋ ਜਾਂਦੇ ਆ ਘਰ ਚਲਾਉਣਾ ਹੁੰਦਾ ਫਿਰ ਬੰਦਾ ਆਸੇ ਪਾਸੇ ਨਹੀਂ ਦੇਖਦਾ ਉਹਦਾ ਫੋਕਸ ਹੁੰਦਾ ਕਿ ਮੈਂ ਘਰੇ ਕੀ ਲੈ ਕੇ ਜਾਣਾ ਆਪਣੇ ਜਾਣੀ ਕਿ ਜਿਹੜੇ ਵੀ ਮੇਰੇ ਤੋਂ ਗਾਹਕ ਆਉਂਦੇ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੂੰਗਾ ਇਹਨਾਂ ਮੈਨੂੰ ਮਿਹਨਤ ਕਰਨ 'ਤੇ ਮੈਨੂੰ ਪਾਲ ਦਿੱਤਾ ਥੋੜ੍ਹੀ ਸਪੋਰਟ ਕੀਤੀ ਮੇਰੀ ਤੁਹਾਨੂੰ ਦੱਸ ਦਈਏ ਜਿਹੜੇ ਅੱਜ ਕੱਲ੍ਹ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਬਾਹਰ ਜਾਣ ਦਾ ਜਿਹੜਾ ਕਰੇਜ਼ ਹੈ ਉਹ ਦਿਨ ਬਰ ਦਿਨ ਵੱਧਦਾ ਜਾ ਰਿਹਾ ਅਤੇ ਆਪਾਂ ਗੱਲ ਕਰੀਏ ਅਤੇ ਬਾਹਰ ਜਾ ਕੇ ਜਿਹੜਾ ਛੋਟਾ ਵੱਡਾ ਕੰਮ ਵੀ ਕਰਦੇ ਨੇ ਪੰਜਾਬ ਦੇ ਵਿੱਚ ਛੋਟਾ ਵੱਡਾ ਕੰਮ ਕਰਨ ਨੂੰ ਕਤਰਾਉਂਦੇ ਨੇ ਅਤੇ ਤਸਵੀਰ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਦੇ ਅਸੀਂ ਲੁਧਿਆਣਾ ਦੇ ਡੁਗਰੀ ਇਲਾਕੇ ਵਿੱਚ ਮੌਜੂਦ ਹਾਂ ਅਤੇ ਰਾਜਵਿੰਦਰ ਨਾਮ ਦਾ ਸਿੱਖ ਨੌਜਵਾਨ ਹੈ ਜਿਹੜਾ ਨਾਰੀਅਲ ਪਾਣੀ ਵੇਚ ਕੇ ਘਰ ਦਾ ਗੁਜ਼ਾਰਾ ਕਰਦਾ ਇਹਨਾਂ ਨਾਲ ਗੱਲਬਾਤ ਵੀ ਜ਼ਰੂਰ ਕਰਾਂਗੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰ ਦਿਖਾ ਦਿੰਦੇ ਹਾਂ ਸਰ ਸਤਿ ਸ਼੍ਰੀ ਅਕਾਲ ਜੀ ਸਰ ਇਹ ਤੁਸੀਂ ਨਾਰੀਅਲ ਪਾਣੀ ਦਾ ਕੰਮ ਕਦੋਂ ਸ਼ੁਰੂ ਕੀਤਾ ਅਤੇ ਕੀ ਕਹਿਣਾ ਚਾਹੋਗੇ ਜੀ ਵੀਰੇ ਮੈਂ 3 ਸਾਲ ਪਹਿਲਾਂ ਸ਼ੁਰੂ ਕੀਤਾ ਸੀਗਾ ਜੀ ਅਤੇ ਵਧੀਆ ਰੋਟੀ ਪਾਣੀ ਚੱਲ ਰਿਹਾ ਹੁਣ ਅਤੇ ਜਦੋਂ ਸ਼ੁਰੂ ਕੀਤਾ ਮਜਬੂਰੀ ਸੀ ਉਦੋਂ ਹਾਂਜੀ ਵੀਰੇ ਕੋਈ ਵੀ ਇੰਨੀ ਪੜ੍ਹਿਆ ਲਿਖਿਆ ਮੁੰਡਾ ਹੋਵੇ ਉਹ ਐਦਾ ਕੀ ਕੰਮ ਪਹਿਲਾਂ ਬਹੁਤ ਹੀ ਸਕਾਲਰ ਹੋਊਗਾ ਜਿਹੜਾ ਬਹੁਤ ਸ਼ਾਰਪ ਦਿਮਾਗ ਆ ਠੀਕ ਹੈ ਉਹ ਕੰਮ ਸ਼ੁਰੂ ਕਰੂਗਾ ਜਾਂ ਬੰਦਾ ਮਜਬੂਰੀ ਨੂੰ ਕਰਦਾ ਅਤੇ ਹੁਣ ਮੈਂ ਮਜਬੂਰੀ 'ਚ ਕੀਤਾ ਸੀਗਾ ਕੋਈ ਕੰਮ ਸੀਗਾ ਨਹੀਂ ਜੋਬ 'ਚ ਮੇਰਾ ਦਿਲ ਨਹੀਂ ਲੱਗਦਾ ਸੀਗਾ ਅਤੇ ਇਨਵੈਸਟਮੈਂਟ ਬਹੁਤ ਹੀ ਜ਼ਿਆਦਾ ਸੀਗੀ ਨਹੀਂ ਤਾਂ ਆ ਕੇ ਆਪਾਂ ਛੋਟੇ ਜਿਹੇ ਕੰਮ ਨੂੰ ਸ਼ੁਰੂ ਕਰ ਲਿਆ ਵਧੀਆ ਜੀ ਰਾਜਵਿੰਦਰ ਜੀ ਗੱਲ ਕਰੀਏ ਜਿਹੜੇ ਤੁਸੀਂ ਤੁਸੀਂ ਕਹਿ ਰਹੇ ਹੋ ਮੈਂ ਗ੍ਰੈਜੂਏਟ ਕਿੰਨੀ ਸਟੱਡੀ ਕੀਤੀ ਜੀ ਤੁਸੀਂ ਮੈਂ ਵਧੀਆ BCA ਕੀਤੀ ਆ ਓਕੇ ਹਾਂਜੀ ਤੁਸੀਂ BCA ਕੀਤੀ ਹੈ ਅਤੇ ਆਪਾਂ ਗੱਲ ਕਰੀਏ ਅੱਜ ਕੱਲ੍ਹ ਜਿਹੜੇ ਨੌਜਵਾਨ ਉਹ ਤਾਂ ਕਹਿੰਦੇ ਆਪਾਂ ਆਰਾਮ ਨਾਲ ਦਫ਼ਤਰਾਂ ਵਿੱਚ ਬਹਿ ਕੇ ਕੰਮ ਕਰੀਏ ਕੀ ਤੁਹਾਨੂੰ ਉਦੋਂ ਨੌਕਰੀ ਨਹੀਂ ਮਿਲੀ ਸੀ ਜਾਂ ਕੀ ਮਤਲਬ ਰੀਜ਼ਨ ਰਿਹਾ ਨਾ ਤਾਂ ਵੀਰੇ ਮੈਂ ਇੰਨਾ ਬਹੁਤ ਜ਼ਿਆਦਾ ਸਕਾਲਰ ਸੀਗਾ ਟੂ ਬੀ ਓਨੈਸਟ ਠੀਕ ਹੈ ਅਤੇ ਇਕੱਲੀ ਗ੍ਰੈਜੂਏਸ਼ਨ ਕਰਕੇ ਕੋਈ ਏਡਾ ਖਾਸ ਸਕਿੱਲ ਵੀ ਨਹੀਂ ਆਉਂਦਾ ਠੀਕ ਹੈ ਉਹਦੇ ਲਈ ਪਰਟੀਕੁਲਰ ਤੁਹਾਨੂੰ ਕੋਈ ਇੱਕ ਫੀਲਡ 'ਚ ਜਾਣਾ ਤੁਸੀਂ ਵੈਬ ਡਿਜ਼ਾਇਨਿੰਗ ਹੋ ਗਈ ਜਾਂ ਆਪਣੀ ਡਾਟਾਬੇਸ ਹੋ ਗਿਆ ਕਿਸੇ ਚੀਜ਼ 'ਚ ਵੀ ਜਾਣਾ ਵਾ ਨੈਟਵਰਕਿੰਗ ਹੋ ਗਈ ਉਹ ਤੁਹਾਨੂੰ ਥੋੜ੍ਹੀ ਯਾਨੀ ਕਿ ਸਪੈਸ਼ਲਾਈਜੇਸ਼ਨ ਲੈਣੀ ਪੈਂਦੀ ਆ ਅਤੇ ਘਰ ਦੀ ਕੁਛ ਕੰਡੀਸ਼ਨ ਇਹੋ ਜਿਹੀ ਹੋ ਗਈ ਉਸ ਟਾਈਮ ਮੈਂ ਕਰ ਨਹੀਂ ਸਕਿਆ ਅਤੇ ਉਹ ਪ੍ਰਾਈਵੇਟ ਸੈਕਟਰ ਵਿੱਚ ਜੋਬ ਕਰਦਾ ਸੀਗਾ ਅਤੇ ਉੱਥੇ ਵੀ 17-18 ਤੱਕ ਯਾਨੀ ਕਿ ਮੈਂ ਜੋਬ ਕੀਤੀ 5-6 ਸਾਲ ਜੋਬ ਕੀਤੀ ਆ ਵਧੀਆ ਇਸ ਤਰ੍ਹਾਂ ਦੇ ਪਰ ਉੱਥੇ ਯਾਨੀ ਤਸੱਲੀ ਹੀ ਨਹੀਂ ਸੀਗੀ ਮਨ ਨੂੰ ਲੇਕਿਨ ਗਰੋਥ ਲੈਵਲ ਦਾ ਰੁਕ ਗਿਆ ਸੀਗਾ ਅਤੇ ਦੂਜਾ ਬਾਉਂਡੇਸ਼ਨ ਸੀ ਕਿਸੇ ਦੇ ਥੱਲੇ ਯਾਨੀ ਕਿ ਰਹਿ ਕੇ ਕੰਮ ਕਰਨਾ ਉਹ ਔਖਾ ਲੱਗਦਾ ਵੀਰੇ ਰਿਸਪੋਂਸੀਬਿਲਟੀ ਨਾ ਯਾਨੀ ਕਿ 14 'ਚ ਮੇਰੇ ਫਾਦਰ ਐਕਸਪਾਇਰ ਹੋ ਗਏ ਸੀ ਉਸ ਤੋਂ ਬਾਅਦ ਰਿਸਪੋਂਸੀਬਿਲਟੀ ਮੇਰੇ 'ਤੇ ਆ ਗਈ ਸਾਰੀ ਅਤੇ ਘਰਦਿਆਂ ਨੂੰ ਪਤਾ ਸੀਗਾ ਮੁੰਡਾ ਯਾਨੀ ਕਿ 3-4 ਸਾਲ ਅਗਰ ਰਿਸਪੋਂਸੀਬਿਲਟੀ ਨਾਲ ਕੰਮ ਕਰ ਰਿਹਾ ਵਾ ਤਾਂ ਉਹਨੇ ਇੱਕ ਫੇਦ ਵੀ ਸੀਗਾ ਰਾਜਵਿੰਦਰ ਜੀ ਕਦੀ ਅਤੇ ਯਾਰੀ ਦੋਸਤੀ ਪਰਿਵਾਰ ਦਾ ਸਪੋਰਟ ਵਧੀਆ ਰਹੀ ਅਤੇ ਯਾਰੀ ਦੋਸਤੀ ਸਪੋਰਟ ਕਿਹੋ ਜਿਹੀ ਰਹੀ ਹੈ ਕਈ ਵਾਰ ਕਹਿੰਦੇ ਨਾ ਆਪ ਜਦੋਂ ਬੰਦਾ ਅੱਗੇ ਵਧਾ ਉਹਨਾਂ ਨੇ ਕਦੀ ਟਾਂਚ ਟੂਚ ਤਾਂ ਨਹੀਂ ਕੱਸੀ ਵੀਰੇ ਉਹੀ ਹੈ ਨਾ ਜਦੋਂ ਤੁਸੀਂ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਆਉਂਦੇ ਹੋ ਤਾਂ ਇੱਕ ਛਾਨਣਾ ਲੱਗ ਜਾਂਦਾ ਯਾਰੀ ਦੋਸਤੀ ਦੇ ਵਿੱਚ ਵੀ ਜਿਹੜੇ ਬਿਲਕੁਲ ਯਾਨੀ ਕਿ ਕਲੋਜ਼ ਹੁੰਦੇ ਆ ਜਾਂ ਕਈ ਵਾਰੀ ਉਹ ਵੀ ਬਹੁਤ ਦੂਰ ਹੋ ਜਾਂਦੇ ਆ ਅਤੇ ਜਿਹੜੇ ਐਕਚੁਅਲੀ ਦਿਲੋਂ ਜੁੜੇ ਹੁੰਦੇ ਆ ਉਹਨਾਂ ਨਾਲ ਹੋਰ ਗੂੜੇ ਹੋ ਜਾਈਦਾ ਤਾਂ ਸਾਰੇ ਤਰ੍ਹਾਂ ਦੇ ਸੀਗੇ ਬੰਦੇ ਹੁਣ ਇਕੱਠੇ ਵੀ ਹੈਗੇ ਆ ਕੁਛ ਚਲੇ ਵੀ ਗਏ ਅਤੇ ਹੁਣ ਐਕਚੁਅਲੀ ਨਾ ਜਿਵੇਂ ਘਰ ਚਲਾਉਣਾ ਹੁੰਦਾ ਫਿਰ ਬੰਦਾ ਆਸੇ ਪਾਸੇ ਨਹੀਂ ਦੇਖਦਾ ਉਹਦਾ ਫੋਕਸ ਹੁੰਦਾ ਕਿ ਮੈਂ ਘਰੇ ਕੀ ਲੈ ਕੇ ਜਾਣਾ ਮੈਨੂੰ ਫੋਕੀ ਟੋਰ ਦਾ ਕੁਛ ਨਹੀਂ ਸੀਗਾ ਕਿ ਹਾਂ ਮੈਂ ਬ੍ਰਾਂਡ ਲੈ ਲਾਂ ਕੱਪੜੇ ਪਾ ਲਾਂ ਜਾਂ ਫਾਲਤੂ ਦੇ ਖਰਚੇ ਕਰ ਲਈਏ ਅਤੇ ਹਾਂ ਹੁਣ ਜਦੋਂ ਯਾਨੀ ਕਿ ਕੰਮ ਤੁਰ ਪਿਆ ਵਧੀਆ ਇੱਕ ਲਾਈਨ 'ਤੇ ਆ ਗਏ ਹੁਣ ਸਭ ਕੁਛ ਕਰੀਦਾ ਜੀ ਅਤੇ ਜਦੋਂ ਆਪਾਂ ਤੁਸੀਂ ਨੌਕਰੀ ਕਰਦੇ ਸੀ ਅਤੇ ਅੱਜ ਤੁਸੀਂ ਮਿਹਨਤ ਕਰ ਰਹੇ ਹੋ ਵਧੀਆ ਗੁਜ਼ਾਰੇ ਹੋ ਰਿਹਾ ਉਹਦੇ ਨਾਲ ਬਹੁਤ ਵਧੀਆ ਉਹਦੇ ਨਾਲ ਚਲੋ ਪੈਸੇ ਵੀ ਹੈਗਾ ਵਾ ਯਾਨੀ ਕਿ ਵਧੀਆ ਇਨਕਮ ਆ ਅਤੇ ਨੰਬਰ 2 'ਤੇ
अपना जो फ्रीडम इत्थे आ जो मेरी यानी कि मन की तसली आ वो इत्थे मैनू वध आ यकीन मनो मेरी हफ्ते च ना दो छुट्टियां होंदियां सीगियां ते 8-9 घंटे की शिफ्ट होंदी सी मेरी क्योंकि हफ्ते च 45 घंटे मैं बाहर वांगू ही कम करना होंदा सीगा तो मैं 40 घंटे लाने बहुत औखे लगते थे इतने मैं 12-12 घंटे भी यानी कि कट्ठे काम किया जो मैं शुरू किया ना काम उदो 16-16 घंटे भी काम किया सवेरे 5 बजे मंडी जाना रात को घर 11 बजे पहुँचना ठीक है 1-1.5 महीना मैं इन्नी मेहनत की है तो लोगों का बहुत प्यार मिला मैं तो वो करके फिर मैं बहुत ज़्यादा लंबा मेहनत कर रहे हैं भाई थोड़ा स्टेबल जो हो गए भरा भी मेरे नाल आ गया शिफ्टा डिवाइड कर लिया तो चली जाता काम वधिया अजक चल भी रहा ना कि अपने यूथ में सपोर्ट करिए बाहरों बच्चे ता ही जानो हटन गए इतने जो काम लभूगा आप कहने कि बाहर काम आ तो बाहर लेबर का काम आ तुम लेबर कर रहे हो तो स्किल वर्क करो तो इतने भी काम बहुत ज़्यादा ने यूथ में मैं कहना चाहूँगा कि अपना दिमाग वरतो थोड़ा जहा काम वड्डा छोटा नहीं होंदा कोई कितों भी तुसी स्टार्ट कर सकते हो चाहे कोई अपना ब्लॉगिंग कर लो चाहे कोई छोटा मोटा यानी कि रोड साइड काम कर लो इनकम के तौर पर तो बहुत वधिया वा ग्रोथ भी बहुत वधिया सेट हो गया। राजविंदर जी जे गल करिए आप अक्सर देखते हैं अजकल का जो पंजाब का यूथ है वह बाहर वाल मतलब ज़्यादा उन्होंने वध्या भावें कुड़ियाँ भावें मुंडे है तो बाहर जाके छोटा वड्डा काम भी करते हैं पर पंजाब काम करने कतराते हैं की कहना चाहोगे एक तो फोकियां टोरों ने मारा हुआ ठीक है साढ़े को बुलट होना चाहिए गड्डिया होनी चाहिए कम कि करना डैडी ने आप भी तो करना पैना ना कुछ तो इतने काम की ऑपरचुनिटी बहुत हैगी है बट सू देख नहीं रहा ना आप ही देखना चाहते हैं जो आप देखना चाहिए तो लाभ बहुत कुछ जाऊगा बस एक नीयत होनी चाहिए है बथेरा काम आ बहरों अपने यूपी विभाग चुके बंद काम करते ही है इतने उन्होंने मकान बनाए आ गड्डिया रखी ने मेहनत करते ही बनाइया ने ਤੁਸੀਂ ਵੀ ਕਰੋ ਸਭ ਕੁਛ ਹੋਊਗਾ ਤੁਹਾਡੇ ਕੋਲ ਰਾਜ ਮੈਂ ਤੁਹਾਡੇ ਕਦੀ ਦਿਲ ਦੇ ਵਿੱਚ ਤਾਂ ਨਹੀਂ ਹੋਣਾ ਹੈ ਪਹਿਲਾਂ ਮੈਂ ਦਫ਼ਤਰਾਂ 'ਚ ਬਹਿੰਦਾ ਸੀ ਏਸੀ ਦੇ ਥੱਲੇ ਅਤੇ ਹੁਣ ਮੈਨੂੰ ਰੋਡ ਦੇ ਉੱਤੇ ਜੂਨ ਜੁਲਾਈ ਵੀ ਲੰਘੀ ਹੈ ਕੜੀ ਧੁੱਪ ਦੇ ਵਿੱਚ ਮੈਨੂੰ ਮਿਹਨਤ ਕਰਨੀ ਪੈ ਰਹੀ ਕਰੀ ਮਨ 'ਚ ਆਇਆ ਤਾਂ ਨਹੀਂ ਕਦੀ ਮੈਂ ਵੀ ਏਸੀ ਦੇ ਵਿੱਚ ਜਾ ਕੇ ਬਿਲਕੁਲ ਹੁੰਦਾ ਜੇ ਤੁਸੀਂ ਇੱਕ ਵਧੀਆ ਕਾਲਜ ਦੇ ਵਿੱਚ ਪੜ੍ਹਦੇ ਹੋ ਜਾਂ ਤੁਹਾਡੇ ਕੋਈ ਵੀ ਯਾਨੀ ਕਿ ਮਾਈਂਡ ਸੈਟ ਹੁੰਦਾ ਵਾ ਬਾਹਰ ਜਾ ਕੇ ਤੁਸੀਂ ਯਾਨੀ ਕਿ ਆਪਣਾ ਜਦੋਂ ਕਾਲਜ ਤੋਂ ਬਾਹਰ ਜਾਓਗੇ ਇੱਕ ਵਧੀਆ ਜੌਬ ਕਰੋਗੇ ਠੀਕ ਹੈ ਕਿਸੇ ਵਧੀਆ ਕੰਪਨੀ ਦੇ ਵਿੱਚ ਜੌਬ ਕਰੋਗੇ ਕਿਉਂਕਿ ਬਿਜ਼ਨਸ ਵਾਲਾ ਮਾਈਂਡ ਸੈਟ ਐਂਟਰਪ੍ਰੀਨੋਰ ਵਾਲਾ ਮਾਈਂਡ ਸੈਟ ਹਜੇ ਹੈ ਨਹੀਂ ਗਾ ਬੱਚਿਆਂ ਦਾ ਹੈ ਨਾ ਜਾਂ ਬਿਜ਼ਨਸ ਵੀ ਕਰਨਾ ਵਾ ਉਹਦੇ ਲਈ ਤਾਂ ਜੀਰੋ ਤੋਂ ਸ਼ੁਰੂ ਕਰਨਾ ਪੈਣਾ ਜਾਂ ਕਿਸੇ ਕੋਲ ਆਪਣੇ ਯਾਨੀ ਕਿ ਕੋਈ ਵੱਡੀ ਜਾਇਦਾਦ ਹੈਗੀ ਆ ਤਾਂ ਜੇ ਘਰਦਿਆਂ ਦਾ ਉਹਨੂੰ ਘਰਦਿਆਂ ਬਿਜ਼ਨਸ ਉਹਨੂੰ ਆਪਾਂ ਗਾਂਹ ਤੋਰ ਲਵਾਂਗੇ ਜਿਹਨੇ ਜੀਰੋ ਤੋਂ ਸਟਾਰਟ ਕਰਨਾ ਉਹਨੂੰ ਤਾਂ ਫਿਰ ਸੜਕ 'ਤੇ ਬਹਿਣਾ ਹੀ ਪੈਣਾ ਵਾ ਬਿਲਕੁਲ ਜਦੋਂ ਫਿਰ ਬਹਿੰਦਾ ਬੰਦਾ ਧੁੱਪ ਵੀ ਪੈਂਦੀ ਹੈ ਛਾਂ ਵੀ ਆ ਮੀਂਹ ਵੀ ਆ ਹਨੇਰੀ ਵੀ ਆ ਸਭ ਕੁਝ ਦੇਖਣਾ ਪੈਂਦਾ ਅਤੇ ਇੱਕ ਵਾਰ ਤਾਂ ਦੁਖੀ ਹੁੰਦਾ ਬੰਦਾ ਰਾਜਵਿੰਦਰ ਗੱਲ ਕਰੀਏ ਤੁਸੀਂ ਪਹਿਲਾਂ ਗੱਲ ਕਹੀ ਸੀ ਜਿਹੜੇ ਕਈ ਯਾਰੀ ਦੋਸਤੀ ਕਾਫੀ ਪਿੱਛੇ ਵੀ ਹਟ ਗਈ ਛੱਡ ਵੀ ਗਈ ਮਤਲਬ ਜਦੋਂ ਤੁਸੀਂ ਇੱਥੇ ਮਿਹਨਤ ਕਰਨੀ ਸ਼ੁਰੂ ਕੀਤੀ ਠੀਕ ਹੈ ਤੇ ਕਈ ਵਾਰ ਕਿਸੇ ਨੇ ਟੋਂਟ ਤਾਂ ਨਹੀਂ ਮਾਰੀ ਆਮ ਮਿੱਤਰਾ ਕਿਹੜੇ ਕੰਮਾਂ 'ਚ ਪੈ ਗਿਆ ਯਾਰ ਪੜ੍ਹਿਆ ਲਿਖਿਆ ਹੁੰਦੇ ਇੰਨਾ ਆਪਾਂ ਖੁੱਲ੍ਹ ਕਿਸੇ ਨੂੰ ਦਿੱਤੀ ਇੰਨੀ ਲਿਬਰਟੀ ਕਿਸੇ ਨੂੰ ਦਿੱਤੀ ਨੀਗੀ ਹਾਂ ਇੰਨਾ ਸਟੈਂਡਰਡ ਜ਼ਰੂਰ ਰੱਖਿਆ ਕਿ ਇੱਕ ਲੈਵਲ ਦੇ ਵਿੱਚ ਰਹੀਏ ਟੋਂਟ ਤਾਂ ਉਹ ਮਾਰਦੇ ਨਾ ਜਿਹੜੇ ਬਗਾਨੇ ਹੁੰਦੇ ਆ ਜਿਹੜੇ ਵੈਸੇ ਨਾਲ ਰਹਿੰਦੇ ਹੁੰਦੇ ਆ ਉਹਨਾਂ ਕੀ ਸਰਕਲ ਬਣਾਇਆ ਨਹੀਂ ਕਦੇ ਵੀ ਮਿਹਨਤ ਆਪਣੀ ਮਿਹਨਤ ਕਰੀਏ ਤੇ ਪਰਿਵਾਰ ਵਾਲ ਧਿਆਨ ਦਿਓ ਬਸ ਇੰਨਾ ਹੀ ਕੰਮ ਆ ਧੰਨਵਾਦ ਜੀ ਤੇ ਜਿਹੜੇ ਦੋਨੋਂ ਭਰਾ ਇੱਥੇ ਨਾਰੀਅਲ ਪਾਣੀ ਵੇਚ ਕੇ ਆਪਣਾ ਘਰ ਦਾ ਗੁਜ਼ਾਰਾ ਕਰਦੇ ਨੇ ਉਹਨਾਂ ਦਾ ਇਹ ਕਹਿਣਾ ਸੀ 3 ਸਾਲ ਤੋਂ ਉੱਥੇ ਆਪਾਂ ਨਾਰੀਅਲ ਪਾਣੀ ਲਗਾ ਰਹੇ ਹਾਂ ਤੇ ਉਦੋਂ ਮਜਬੂਰੀ ਸੀ ਪਰ ਹੁਣ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਵਧੀਆ ਕਾਰੋਬਾਰ ਸੈੱਟ ਹੋ ਗਿਆ ਤੇ ਵਧੀਆ ਗੁਜ਼ਾਰਾ ਹੋ ਰਿਹਾ ਹੈ ਤੇ ਉਹਨਾਂ ਨੇ ਇਹ ਵੀ ਨੌਜਵਾਨਾਂ ਨੂੰ ਮੈਸੇਜ ਦਿੱਤਾ ਕਿ ਲੱਖਾਂ ਰੁਪਏ ਲਗਾ ਕੇ ਜਿਹੜੇ ਨੌਜਵਾਨ ਬਾਹਰ ਜਾਂਦੇ ਨੇ ਤੇ ਉਹ ਪੰਜਾਬ ਦੇ ਵਿੱਚ ਮਿਹਨਤ ਕਰਨ ਤਾਂ ਉਹ ਵੀ ਵਧੀਆ ਜਿਹੜਾ ਮੁਕਾਮ ਹਾਸਲ ਕਰ ਸਕਦੇ ਨੇ ਮੈਂ ਰਾਹੁਲ ਅਰੋੜਾ PTC ਨਿਊਜ਼ ਲੁਧਿਆਣਾ